ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਫਰਮਾਨ ਹੈ, ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਭਾਵ ਕੀ ਆ, ਜੇ ਸੈਂਕੜੇ ਚੰਦਰਮਾ ਚੜ੍ਹ ਜਾਣ ਅਤੇ ਹਜ਼ਾਰਾਂ ਸੂਰਜ, ਇੰਨਾ ਭਾਰੀ ਸ੍ਰਿਸ਼ਟੀ 'ਤੇ ਚਾਨਣ ਹੋ ਜਾਵੇ, ਪਰ ਗੁਰੂ ਬਿਨਾਂ ਘੋਰ ਹਨੇਰਾ ਹੈਗਾ। ਇਸ ਕਰਕੇ ਗੁਰੂ ਜਿਹੜਾ ਹੈ ਨਾ, ਇਹਦੀ ਜ਼ਰੂਰਤ ਮਨੁੱਖਾ ਜਨਮ ਦੇ ਵਿੱਚ ਪਹਿਲ ਦੇ ਆਧਾਰ ਦੇ ਉੱਤੇ ਆ। ਕਿਉਂ? ਕਿਉਂਕਿ ਗੁਰੂ ਜਿਹੜਾ ਹੈ ਨਾ, ਇਹ ਮਾਤਾ ਹੈ, ਗੁਰੂ ਪਿਤਾ ਹੈ, ਗੁਰੂ ਸੁਆਮੀ ਹੈ, ਗੁਰੂ ਪਰਮੇਸ਼ਰ ਹੈ, ਗੁਰੂ ਗਿਆਨ ਹੈ, ਗੁਰੂ ਦਾਤਾ ਹੈ, ਗੁਰੂ ਬੰਧਨ ਕੱਟਣ ਵਾਲਾ, ਗੁਰੂ ਟੁੱਟੀ ਗੰਢਣ ਵਾਲਾ ਹੈਗਾ, ਗੁਰੂ ਪਾਲਣਹਾਰ ਹੈ, ਗੁਰੂ ਬਖਸ਼ਣਹਾਰ ਹੈ। ਭਾਵ ਕੀ ਹੈ ਕਿ ਜੋ ਵੀ ਗੁਣ ਪਰਮੇਸ਼ਰ ਦੇ ਵਿੱਚ ਵਾ, ਉਹ ਸਾਰੇ ਗੁਣ ਗੁਰੂ ਦੇ ਵਿੱਚ ਹੁੰਦੇ ਆ। ਇਸ ਕਰਕੇ ਜਿਵੇਂ ਸਿਆਣਿਆਂ ਦਾ ਅਖਾਣ ਹੈਗਾ ਕਿ ਗੁਰੂ ਬਿਨਾਂ ਗਤ ਨਹੀਂ, ਸ਼ਾਹ ਬਿਨਾਂ ਪਤ ਨਹੀਂ, ਪਰ ਗੱਲ ਇਹ ਹੈਗਾ ਕਿ ਜਿਹੜੇ ਇਨਸਾਨ ਆਪਣੇ ਆਪ ਨੂੰ ਚਤਰ ਸਮਝਦੇ ਆ, ਆਪਣੇ ਆਪ ਨੂੰ ਸਿਆਣਾ ਸਮਝਦੇ ਆ, ਜਾਂ ਗੁਰੂ ਦੀ ਜਿਹੜੀ ਹੋਂਦ ਆ ਹੈ ਨਾ, ਉਹਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ, ਤਾਂ ਗੁਰਬਾਣੀ ਆਖਦੀ ਆ ਕਿ ਇਹੋ ਜਿਹੇ ਜਿਹੜੇ ਗੁਰਮੰਤਰਹੀਨ ਪ੍ਰਾਣੀ ਹੁੰਦੇ ਆ, ਉਹ ਸੂਕਰ ਦੀ ਤਰ੍ਹਾਂ ਹੁੰਦੇ ਆ, ਕੂਕਰਾਂ ਦੀ ਤਰ੍ਹਾਂ ਹੁੰਦੇ ਆ, ਗਧਿਆਂ ਦੀ ਤਰ੍ਹਾਂ ਹੁੰਦੇ ਆ। ਭਾਵ ਕਿ ਉਹਨਾਂ ਦੀ ਜਿਹੜੀ ਜ਼ਿੰਦਗੀ ਹੁੰਦੀ ਆ, ਇਹ ਨਰਕ ਤੋਂ ਵੀ ਥੱਲੇ ਦੀ ਹੁੰਦੀ ਹੈਗੀ ਆ। ਉਹ ਜਿਹੜੇ ਜਨਮ ਮਨੁੱਖਾਂ ਵਿੱਚ ਆਉਂਦੇ ਆ, ਪਰ ਅਸਲ ਦੇ ਵਿੱਚ ਉਹ ਬਹੁਤ ਨੀਵੇਂ ਤੋਂ ਨੀਵੇਂ ਚਲੇ ਜਾਂਦੇ ਹੈਗੇ ਆ। ਇਸ ਕਰਕੇ ਗੁਰਬਾਣੀ 'ਚ ਆਖਿਆ ਹੈ ਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨਾਂ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨਾਂ ਮੁਕਤ ਨਾ ਪਾਵੇ। ਕਿ ਗੁਰਬਿਨ ਘੋਰ ਅੰਧਾਰ, ਗੁਰੂ ਤੋਂ ਬਿਨਾਂ ਬਿਲਕੁਲ ਘੋਰ ਹਨੇਰਾ, ਗੁਰੂ ਬਿਨਾਂ ਸਮਝ ਨਾ ਆਵੇ। ਕਹਿੰਦੇ ਗੁਰੂ ਤੋਂ ਬਿਨਾਂ ਸਮਝ ਆ ਹੀ ਨਹੀਂ ਸਕਦੀ। ਬੁੱਧੀ ਦੇ ਵਿੱਚ ਵਿਵੇਕ, ਜੋ ਬੁੱਧੀ ਹੈ, ਉਹਦੀ ਪਕੜ ਦੇ ਵਿੱਚ ਕੋਈ ਚੀਜ਼ ਨਹੀਂ ਆਉਂਦੀ। ਅਤੇ ਗੁਰਬਿਨ ਸੁਰਤ ਨਾ ਸਿੱਧ, ਅਤੇ ਗੁਰਬਿਨ ਮੁਕਤ ਨਾ ਪਾਵੇ। ਨਾ ਗੁਰੂ ਬਿਨਾਂ ਸੁਰਤੀ ਆ, ਨਾ ਗੁਰੂ ਬਿਨਾਂ ਸਿੱਧੀ ਪ੍ਰਾਪਤ ਹੁੰਦੀ ਆ, ਅਤੇ ਨਾ ਗੁਰੂ ਬਿਨਾਂ ਮੁਕਤੀ ਪ੍ਰਾਪਤ ਹੁੰਦੀ ਆ। ਪਰ ਆਪਾਂ ਕਈ ਵਾਰ ਦੇਖਦੇ ਹਾਂ ਕਿ ਅੱਜ ਦਾ ਜਿਹੜਾ ਇਨਸਾਨ ਹੈ, ਜਾਂ ਪੁਰਾਤਨ ਸਮੇਂ ਦੇ ਜਿਹੜੇ ਇਨਸਾਨ ਹੁੰਦੇ ਆ, ਜਿਨ੍ਹਾਂ ਦੀ ਜਿਹੜੀ ਬਿਰਤੀ ਹੈ ਨਾ, ਉਹ ਆਪਣੇ ਆਪ ਦੇ ਵਿੱਚ ਰਹਿੰਦੀ ਆ, ਉਹਨਾਂ ਦੇ ਮਨ ਦੇ ਅੰਦਰ ਕਦੀ ਖਿਆਲ ਤੱਕ ਨਹੀਂ ਆਉਂਦਾ ਕਿ ਅਸਲ ਦੇ ਵਿੱਚ ਮਨੁੱਖਾ ਜਨਮ ਦੀ ਜਿਹੜੀ ਹੈ ਨਾ ਬੇੜੀ ਹੈਗੀ ਆ, ਇਹ ਗੁਰੂ ਦੇ ਆਸਰੇ ਹੀ ਜਿਹੜੀ ਆ ਉਹ ਕਿਨਾਰੇ 'ਤੇ ਲੱਗਦੀ ਆ। ਪਰ ਜਿਵੇਂ ਗੁਰਬਾਣੀ ਦਾ ਫਰਮਾਨ ਹੈ, ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੂਟੇ ਤਿਲ ਵਿਆੜ ਜੋ, ਸੁੰਬੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆ, ਕਹੋ ਨਾਨਕ ਸੋ ਨਾਹੇ, ਫਲੀਏ ਫੁਲੀਏ ਬਾਪੜੇ, ਭੀ ਧਨ ਵਿੱਚ ਸਵਾ। ਭਾਵ ਕੀ ਹੈ ਕਿ ਨਾਨਕ ਗੁਰੂ ਨਾ ਚੇਤਨੀ, ਕਿ ਜਿਹੜੇ ਗੁਰੂ ਨੂੰ ਚੇਤੇ ਨਹੀਂ ਕਰਦੇ, ਗੁਰੂ ਦੀ ਲੋੜ ਮਹਿਸੂਸ ਨਹੀਂ ਕਰਦੇ, ਮਨ ਆਪਣੇ ਸੁਚੇਤ, ਲੇਕਿਨ ਆਪਣੇ ਮਨ ਦੇ ਵਿੱਚ ਸੱਚੇ ਬਣੇ ਆ, ਸਿਆਣੇ ਬਣੇ ਆ, ਉੱਤਮ ਮਨੁੱਖ ਬਣੇ ਆ, ਅਤੇ ਕਹਿੰਦੇ ਫਿਰ ਉਹਨਾਂ ਦਾ ਹਾਲ ਕੀ ਹੁੰਦਾ ਹੈ, ਛੂਟੇ ਤਿਲ ਵਿਆੜ ਜੋ, ਸੁੰਬੇ ਅੰਦਰ ਖੇਤ, ਖੇਤੇ ਅੰਦਰ ਛੁੱਟੀਆਂ, ਕਹੋ ਨਾਨਕ ਸੌ ਨਾਹੇ। ਕਹਿੰਦੇ ਵੀ ਖੇਤ ਦੇ ਵਿੱਚ ਜਿਵੇਂ ਜਿਹੜੇ ਹੈ ਉਹ ਤਿਲ ਛੁੱਟੇ ਜਾਂਦੇ, ਉਹਨਾਂ ਦਾ ਖਸਰੂ ਨਹੀਂ ਹੁੰਦਾ। ਸੋ ਇਹੋ ਜਿਹੜੇ ਪ੍ਰਾਣੀ ਆ ਹੈ ਨਾ, ਉਹ ਫਲੀਏ ਫੁਲੀਏ ਬਾਪੜੇ, ਭੀ ਧਨ ਵਿੱਚ ਸਵਾਹੇ, ਅਖੀਰ ਉਹਨਾਂ ਦੇ ਇਸ ਅੰਦਰ ਜਿਹੜੀ ਹੈ ਨਾ ਸਵਾਹ ਹੀ ਹੁੰਦੀ ਹੈ, ਹੋਮੇ ਦੀ, ਮੈਂ ਦੀ, ਆਪਣੇ ਆਪ ਦੀ। ਇਹ ਜਿਹੜੀ ਸਵਾਹ ਨਾ ਅਖੀਰ ਫਿਰ ਉਹਨਾਂ ਨੂੰ ਨਰਕਾਂ ਦੇ ਵਿੱਚ ਲੈ ਜਾਂਦੀ ਆ। ਜਿਵੇਂ ਕਿ ਦਸ ਜਿਹੜਾ ਹੈ ਨਾ, ਇੱਕ ਪੁਰਾਤਨ ਪ੍ਰਮਾਣ ਆਪ ਸਾਰੀਆਂ ਸੰਗਤਾਂ ਦੇ ਨਾਲ ਸਾਂਝਾ ਕਰਦਾ ਹੈਗਾ। ਦੱਸਦੇ ਆ, ਕਹਿੰਦੇ ਵੀ ਇੱਕ ਵਾਰੀ ਇੱਕ ਨੱਟ ਜਿਹੜਾ ਨਾ ਬਾਜੀਗਰ ਸੀਗਾ, ਉਹਦੇ ਕੋਲ ਇੱਕ ਕਲਾ ਹੁੰਦੀ ਸੀਗੀ। ਉਹ ਕੀ ਕਰਦਾ ਹੁੰਦਾ ਸੀਗਾ, ਇੱਕ ਜਿਹੜੀ ਹੈ ਨਾ ਵੱਡਾ ਵਰਸ਼ਾ ਹੁੰਦਾ ਸੀਗਾ, ਉਹ ਜ਼ੋਰ ਦੇ ਨਾਲ ਉੱਪਰ ਹਵਾ ਦੇ ਵਿੱਚ ਛੱਡਦਾ ਸੀਗਾ। ਜਦੋਂ ਵਰਸ਼ਾ ਹੈ ਨਾ ਘੁੰਮ ਕੇ ਮੁੜ ਕੇ ਵਾਪਸ ਆਉਂਦਾ ਸੀਗਾ, ਉਹ ਨੱਟ ਜਿਹੜਾ ਸੀਗਾ ਉਹ ਵਰਸ਼ੇ ਦੇ ਥੱਲੇ ਮੂੰਹ ਖੋਲ੍ਹ ਕੇ ਖੜ੍ਹਾ ਹੋ ਜਾਂਦਾ ਸੀਗਾ। ਉਹ ਵਰਸ਼ਾ ਹਵਾ 'ਚ ਆਉਂਦਾ ਆਉਂਦਾ ਜਦੋਂ ਉਹਦੇ ਮੂੰਹ ਦੇ ਅੰਦਰ ਜਾਂਦਾ ਸੀਗਾ, ਅਤੇ ਗਲ ਥਾਣੀ ਅੰਦਰ ਸਰੀਰ ਦੇ ਵਿੱਚ ਪੂਰਾ ਧੱਸ ਜਾਂਦਾ ਸੀਗਾ।
ਇਹ ਦੇਖ ਕੇ ਬਾਕੀ ਜਿੰਨੇ ਵੀ ਲੋਕ ਹੁੰਦੇ ਸੀ ਇਸ ਉਹਦੀ ਵਿਚਿੱਤਰ ਖੇਡ ਨੂੰ ਦੇਖਦੇ ਹੁੰਦੇ ਸੀ, ਉਹ ਬੜੇ ਖੁਸ਼ ਹੁੰਦੇ ਸੀ ਅਤੇ ਤਾੜੀ ਮਾਰਦੇ ਹੁੰਦੇ ਸੀਗੇ। ਤਾਂ ਉਹ ਜਿਹੜਾ ਨੱਟ ਬਾਜੀਗਰ ਸੀਗਾ ਉਹਦਾ ਗੁਜ਼ਾਰਾ ਜਿਹੜਾ ਸੀਗਾ ਇਸ ਕਲਾ ਦੇ ਨਾਲ ਚੱਲਦਾ ਸੀਗਾ। ਦੱਸਦੇ ਆ ਕਿ ਇੱਕ ਵਾਰੀ ਨੱਟ ਜਿਹੜਾ ਸੀਗਾ ਇਸ ਤਰ੍ਹਾਂ ਦੀ ਕਲਾ ਕਿਸੇ ਨਗਰ ਦੇ ਵਿੱਚ ਦਿਖਾ ਰਿਹਾ ਸੀਗਾ। ਉੱਥੇ ਇੱਕ ਸੱਜਣ ਜਿਹੜੇ ਸੀਗੇ ਉਹ ਵੀ ਦੂਸਰਿਆਂ ਲੋਕਾਂ ਵਿੱਚ ਖੜ੍ਹੇ ਕਲਾ ਨੂੰ ਦੇਖ ਰਹੇ ਸੀ। ਅਤੇ ਜਦੋਂ ਨੱਟ ਜਿਹੜਾ ਸੀਗਾ ਇਹ ਆਪਣੀ ਕਲਾ ਨੂੰ ਦਿਖਾ ਕੇ ਵਿਹਲਾ ਹੋਇਆ ਤਾਂ ਸੱਜਣ ਉਸ ਨੂੰ ਕਹਿਣ ਲੱਗਾ ਕਿ ਆਹ ਜਿਹੜੀ ਤੂੰ ਕਲਾ ਦਿਖਾਲਦਾ ਹੈ ਵਰਸ਼ੇ ਵਾਲੀ, ਇਹ ਤਾਂ ਕਲਾ ਮੈਂ ਵੀ ਕਰ ਸਕਦਾ ਹਾਂ। ਫਿਰ ਨੱਟ ਜਿਹੜਾ ਸੀਗਾ ਉਹ ਸੁਣ ਕੇ ਬੜਾ ਖੁਸ਼ ਹੋਇਆ। ਉਹਨੂੰ ਕਹਿਣ ਲੱਗਾ ਅਗਰ ਤੂੰ ਇਹ ਵੀ ਕਲਾ ਕਰ ਸਕਦਾ ਹੈ ਤਾਂ ਚਲੋ ਠੀਕ ਹੈ, ਤੂੰ ਸਾਨੂੰ ਕਰਕੇ ਦਿਖਾਲ। ਉਹ ਸੱਜਣ ਨੇ ਵੀ ਉਸੇ ਟਾਈਮ ਜਿਹੜਾ ਸੀਗਾ ਵਰਸ਼ਾ ਉਹ ਉੱਪਰ ਹਵਾ ਦੇ ਵਿੱਚ ਛੱਡ ਦਿੱਤਾ, ਪਰ ਜਦੋਂ ਵਰਸ਼ਾ ਮੁੰਦਾ ਹੋਇਆ ਉਹ ਥੱਲੇ ਆ ਗਿਆ। ਅਤੇ ਇਸੇ ਤਰ੍ਹਾਂ ਨੱਟ ਦੀ ਤਰ੍ਹਾਂ ਹੀ ਉਹਨੇ ਆਪਣੇ ਸਰੀਰ ਦੇ ਵਿੱਚ ਵਰਸ਼ਾ ਜਿਹੜਾ ਸੀਗਾ ਉਹ ਪੂਰਾ ਲੰਘਾ ਲਿਆ। ਜਦ ਲੰਘਾ ਲਿਆ ਤਾਂ ਲੋਕ ਜਿਹੜੇ ਸੀ ਹੈਰਾਨ ਵੀ ਬੜੇ ਹੋਏ ਔਰ ਉਹਦੀ ਜਿਹੜੀ ਸੀ ਜੈ ਜੈਕਾਰ ਵੀ ਬੜੀ ਹੋਈ। ਫਿਰ ਜਦੋਂ ਉਹਨੇ ਉਹ ਵਰਸ਼ਾ ਜਿਹੜਾ ਸੀਗਾ ਨੱਟ ਵਾਂਗੂ ਬਾਹਰ ਕੱਢ ਕੇ ਰੱਖ ਦਿੱਤਾ ਤਾਂ ਜਿਹੜਾ ਪਹਿਲਾਂ ਨੱਟ ਬਾਜੀਗਰ ਸੀ ਉਹਨੇ ਪੁੱਛਿਆ ਵੀ ਤੂੰ ਮੈਨੂੰ ਇਹ ਦੱਸ ਵੀ ਤੇਰਾ ਗੁਰੂ ਕੌਣ ਆ ਜਿਹਨੇ ਤੈਨੂੰ ਇਹ ਕਲਾ ਸਿਖਾਈ ਆ। ਪਰ ਜਿਹੜਾ ਸੱਜਣ ਸੀਗਾ ਉਹਨੇ ਇਹ ਗੱਲ ਜਿਹੜੀ ਸੀ ਮਾਣ ਦੇ ਨਾਲ ਜਾਂ ਹੰਕਾਰ ਦੇ ਵਿੱਚ ਕਹਿਤੀ ਕਿ ਮੇਰਾ ਗੁਰੂ ਕੋਈ ਨਹੀਂ, ਮੈਂ ਇਹ ਕਲਾ ਆਪਣੇ ਆਪ ਸਿੱਖੀ ਆ। ਜਦ ਇੰਨੀ ਗੱਲ ਹੋਈ ਆ ਤਾਂ ਨੱਟ ਕਹਿਣ ਲੱਗਾ ਕਹਿੰਦਾ ਦੇਖ ਲੈ ਭਾਈ ਤੂੰ ਸੋਚ ਲੈ, ਇਹ ਗੱਲ ਜੋ ਤੂੰ ਕਹਿ ਰਿਹਾ ਹੈ ਨਾ ਇਹ ਤੇਰੇ ਵਾਸਤੇ ਬੜੀ ਖਤਰਨਾਕ ਹੋ ਸਕਦੀ ਹੈ। ਪਰ ਉਹ ਜਿਹੜਾ ਸੱਜਣ ਸੀਗਾ ਨੱਟ ਨੂੰ ਕਹਿਣ ਲੱਗਾ ਕਿ ਮੈਂ ਬਿਲਕੁਲ ਸੱਚ ਕਹਿੰਦਾ ਹੈ ਕਿ ਇਹ ਜਿਹੜੀ ਹੈ ਨਾ ਕਲਾ ਹੈ ਮੈਂ ਕਿਸੇ ਤੋਂ ਨਹੀਂ ਸਿੱਖੀ, ਮੈਨੂੰ ਆਪਣੇ ਆਪ ਇਹ ਆ ਗਈ ਹੈ, ਮੇਰੇ ਅੰਦਰ ਫੁਰ ਗਈ ਹੈ। ਤਾਂ ਫਿਰ ਉਹ ਨੱਟ ਕਹਿਣ ਲੱਗਾ ਕਹਿੰਦਾ ਚੱਲ ਠੀਕ ਹੈ, ਅਗਰ ਤੇਰੇ ਅੰਦਰ ਇਹ ਕਲਾ ਆਪਣੇ ਆਪ ਆ ਗਈ ਹੈ, ਆਪਣੇ ਆਪ ਫੁਰ ਗਈ ਹੈ, ਤੇਰਾ ਕੋਈ ਗੁਰੂ ਵੀ ਨਹੀਂ ਹੈ ਤਾਂ ਤੂੰ ਇਸ ਕਲਾ ਨੂੰ ਫਿਰ ਦੁਬਾਰਾ ਕਰਕੇ ਦਿਖਾ। ਫਿਰ ਕਹਿੰਦੇ ਉਹ ਸੱਜਣ ਨੇ ਹੈ ਨਾ ਦੁਬਾਰਾ ਫਿਰ ਉਹ ਵਰਸ਼ਾ ਜਿਹੜਾ ਸੀ ਉਹ ਹਵਾ ਦੇ ਵਿੱਚ ਅਸਮਾਨ ਦੇ ਵਿੱਚ ਤਾਂ ਨੂੰ ਛੱਡਿਆ। ਤਾਂ ਜਦੋਂ ਵਰਸ਼ਾ ਉਲਟ ਕੇ ਥੱਲੇ ਨੂੰ ਆਇਆ ਤਾਂ ਉਹ ਸੱਜਣ ਨੇ ਉਹਦੇ ਥੱਲੇ ਮੂੰਹ ਜਿਹੜਾ ਜਦੋਂ ਵਰਸ਼ੇ ਥੱਲੇ ਕੀਤਾ ਤਾਂ ਵਰਸ਼ਾ ਜਿਹੜਾ ਸੀਗਾ ਉਹਦੇ ਮੂੰਹ ਵਿੱਚ ਦੀ ਲੰਘ ਕੇ ਉਹਦੇ ਪੇਟ ਨੂੰ ਚੀਰਦਾ ਹੋਇਆ ਧਰਤੀ ਦੇ ਵਿੱਚ ਧੱਸ ਗਿਆ। ਜਦ ਧਰਤੀ 'ਤੇ ਧੱਸਿਆ ਤਾਂ ਬਸ ਫਿਰ ਕੀ ਸੀ, ਉਹ ਸੱਜਣ ਜਿਹੜਾ ਸੀ ਲਹੂ ਲਹਾਨ ਹੋ ਗਿਆ ਅਤੇ ਉਹਦੀ ਜਿਹੜੀ ਸੀ ਮੌਤ ਹੋ ਗਈ। ਸੋ ਕਹਿਣ ਤੋਂ ਭਾਵ ਇਹ ਹੈਗਾ ਕਿ ਜਿਨ੍ਹਾਂ ਦਾ ਗੁਰੂ ਨਹੀਂ ਹੈਗਾ ਹੈ ਨਾ ਗੁਰੂ ਤੋਂ ਵਾਂਝੇ ਲੋਕ ਹੁੰਦੇ ਆ, ਅਖੀਰ ਫਿਰ ਉਹ ਆਪਣੀ ਜਿਹੜੀ ਹੈ ਨਾ ਹੋਮੇ ਦੀ ਅਗਨੀ ਦੇ ਵਿੱਚ ਹੀ ਇਸੇ ਤਰ੍ਹਾਂ ਜਿਹੜੇ ਹਨ ਉਹ ਸੜ ਬਲ ਜਾਂਦੇ ਆ। ਇਸ ਕਰਕੇ ਗੁਰੂ ਦੀ ਜ਼ਰੂਰਤ ਜਿਹੜੀ ਹੈ ਨਾ ਉਹ ਸਭ ਤੋਂ ਪਹਿਲੇ ਦੇ ਆਧਾਰ ਦੇ ਉੱਤੇ ਆ। ਚਾਹੇ ਕੋਈ ਦੁਨਿਆਵੀ ਜਿਹੜੀ ਹੈ ਉਹ ਕਲਾ ਸਿੱਖਣੀ ਹੋਵੇ, ਚਾਹੇ ਰੂਹਾਨੀਅਤ ਸਿੱਖਣੀ ਹੋਵੇ, ਇਸ ਕਰਕੇ ਗੁਰੂ ਦੀ ਜ਼ਰੂਰਤ ਜਿਹੜੀ ਹੈ ਨਾ ਹਮੇਸ਼ਾ ਬਣੀ ਰਹਿੰਦੀ ਹੈ। ਕਿਉਂਕਿ ਗੁਰੂ ਤੋਂ ਬਿਨਾਂ ਜਿਹੜੀ ਹੈ ਨਾ ਉਹ ਗਤੀ ਨਹੀਂ ਹੈ। ਗੁਰੂ ਜਿਹੜਾ ਹੈ ਨਾ ਉਹ ਪ੍ਰਸ਼ਾਦ ਹੈ, ਗੁਰੂ ਜੋ ਹੈ ਨਾ ਉਹ ਆਪਣੇ ਚੇਲੇ ਦੀ ਬਾਂਹ ਨੂੰ ਫੜ ਕੇ ਰੱਖਦਾ ਹੈਗਾ। ਇਸੇ ਤਰ੍ਹਾਂ ਗੁਰੂ ਜੋ ਸੱਚਾ ਗੁਰੂ ਹੁੰਦਾ ਹੈਗਾ ਉਹ ਆਪਣੇ ਨਾਲ ਦੇ ਚੇਲੇ ਨੂੰ ਕਦੀ ਵੀ ਥੱਲੇ ਡਿੱਗਣ ਨਹੀਂ ਦਿੰਦਾ, ਉਹਦੀ ਔਖੇ ਵੇਲੇ ਦੇ ਉੱਤੇ ਉਹ ਮਦਦ ਜ਼ਰੂਰ ਕਰਦਾ ਹੈਗਾ। ਕਿਉਂ ਗੁਰੂ ਤੋਂ ਬਿਨਾਂ ਜਿਹੜਾ ਹੈ ਨਾ ਉਹ ਗਿਆਨ ਕਦੀ ਹੋ ਨਹੀਂ ਸਕਦਾ। ਜਿਵੇਂ ਇੱਕ ਵਾਰ ਹਰਭਜਨ ਸਿੰਘ ਜਿਹੜੇ ਸੋਢੀ ਸੀ ਉਹ ਵੀ ਆਪਣੇ ਜੀਵਨ ਦੇ ਇਸ ਘਟਨਾ ਨੂੰ ਜਿਹੜਾ ਸੀ ਉਹ ਦੱਸਦੇ ਹੁੰਦੇ ਸੀਗੇ। ਉਹ ਕਹਿੰਦੇ ਹੁੰਦੇ ਸੀ ਕਿ ਜਦੋਂ ਮੈਂ ਛੋਟਾ ਹੁੰਦਾ ਸਕੂਲ ਦੇ ਵਿੱਚ ਪੜ੍ਹਦਾ ਹੁੰਦਾ ਸੀਗਾ ਅਤੇ ਉਹਨਾਂ ਟਾਈਮਾਂ ਦੇ ਵਿੱਚ ਹੈ ਨਾ ਜਿਹੜੇ ਪੁੱਛਾਂ ਦੇਣ ਵਾਲੇ ਲੋਕ ਹੁੰਦੇ ਸੀ ਇਹਨਾਂ ਦੀ ਬਹੁ ਗਿਣਤੀ ਜਿਹੜੀ ਸੀ ਉਹ ਆਮ ਮੰਨੀ ਜਾਂਦੀ ਸੀ। ਅਤੇ ਇਹ ਕਹਿੰਦੇ ਜਿਹੜਾ ਸ਼ੌਂਕ ਸੀਗਾ ਹੈ ਨਾ ਕਹਿੰਦੇ ਇਹ ਮੈਨੂੰ ਵੀ ਜਾਗ ਗਿਆ। ਜਦੋਂ ਕਹਿੰਦੇ ਜਾਗਿਆ ਪਰ ਮੈਨੂੰ ਇਹਦੇ ਬਾਰੇ ਕੋਈ ਇਲਮ ਨਹੀਂ ਸੀ। ਕਹਿੰਦੇ ਫਿਰ ਮੈਂ ਸੋਚਿਆ ਵੀ ਕਿਵੇਂ ਜਿਹੜਾ ਹੈਗਾ ਇਹ ਲੋਕ ਅੱਖਾਂ ਜਿਹੜੀਆਂ ਬੰਨ ਕੇ ਉਹ ਦੂਸਰੇ ਦੀ ਗੱਲ ਨੂੰ ਬੁੱਝ ਲੈਂਦੇ ਆ। ਅਖੀਰ ਕਹਿੰਦੇ ਫਿਰ ਮੈਨੂੰ ਇੱਕ ਹੈ ਨਾ ਬਿਉਂਤ ਸੁੱਝੀ ਹੈ, ਇੱਕ ਸਿਆਣਪ ਸੁੱਝ ਗਈ ਹੈ। ਕਹਿੰਦੇ ਮੇਰਾ ਇੱਕ ਮਿੱਤਰ ਸੀਗਾ ਜੋ ਮੇਰਾ ਕਾਫੀ ਸੰਗੀ ਸੀਗਾ, ਕਹਿੰਦੇ ਮੈਂ ਉਹਦੇ ਨਾਲ ਇਹ ਸਾਰੀ ਗੱਲਬਾਤ ਕੀਤੀ ਕਿ ਜੇ ਆਪਾਂ ਵੀ ਜਿਹੜੀ ਹੈ ਨਾ ਇਹ ਖੇਡ ਖੇਡੀਏ ਅਤੇ ਇਸ ਖੇਡ ਦੇ ਵਿੱਚ ਫਿਰ ਆਪਣੀ ਜਿਹੜੀ ਹੈ ਨਾ ਤਰੱਕੀ ਹੈ ਜਾਂ ਵਾਹਵਾ ਹੈਗੀ ਆ ਉਹ ਬਹੁਤ ਛੇਤੀ ਹੋ ਸਕਦੀ ਹੈ। ਕਹਿੰਦੇ ਮੈਂ ਆਪਣੇ ਮਿੱਤਰ ਨੂੰ ਮਿਲਾ ਲਿਆ ਅਤੇ ਅਸੀਂ ਦੋਨਾਂ ਨੇ ਰਲ ਕੇ ਇੱਕ ਬਿਉਂਤ ਕੱਢੀ ਕਿ ਅਸੀਂ ਹੈ ਨਾ ਕੋਡ ਵਰਡ ਰੱਖ ਲਏ। ਜਿਹੜੇ ਕੋਡ ਵਰਡ ਸੀਗੇ ਕਹਿੰਦੇ ਮੈਨੂੰ ਪਤਾ ਸੀਗਾ ਸਕੂਲ ਦੇ ਵਿੱਚ ਜਿਹੜੇ ਬੱਚੇ ਆ ਉਹ ਜ਼ਿਆਦਾ ਤੋਂ ਜ਼ਿਆਦਾ ਕੀ ਪੁੱਛਦੇ ਆ। ਉਹ ਪੁੱਛਣਗੇ ਕਿ ਮੇਰੇ ਹੱਥ ਵਿੱਚ ਕੀ ਹੈ, ਕਿਤਾਬ ਹੈ, ਪੈਨਸਲ ਹੈ, ਫੱਟੀ ਹੈ ਜਾਂ ਕੁਛ ਹੋਰ ਚੀਜ਼ ਹੈ।
ਕਹਿੰਦੇ ਤਾਂ ਕਰਦੇ ਕਰਦੇ ਹੈ ਨਾ ਅਸੀਂ ਜਿੰਨੇ ਵੀ ਅੱਖਰ ਸੀ ਸਾਰਿਆਂ ਦੇ ਕੋਡ ਵਰਡ ਬਣਾਏ। ਕਹਿੰਦੇ ਕੋਡ ਵਰਡ ਤਿਆਰ ਕਰਕੇ ਹੈ ਨਾ ਕਹਿੰਦੇ ਮੈਂ ਇਹ ਜਿਹੜੀ ਖੇਡ ਸੀ ਉਹ ਖੇਡਣੀ ਸ਼ੁਰੂ ਕਰ ਦਿੱਤੀ ਅਤੇ ਆਪਣੇ ਮਿੱਤਰ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ। ਪੱਟੀ ਬੰਨ੍ਹ ਕੇ ਕਹਿੰਦੇ ਮੈਂ ਨਿਆਣਿਆਂ ਨੂੰ ਪੁੱਛਣਾ ਸ਼ੁਰੂ ਕਰ ਦਿੱਤਾ ਸਕੂਲ ਵਿੱਚ ਆਪਣੇ ਮਿੱਤਰਾਂ ਨੂੰ ਵੀ ਅਗਰ ਕੋਈ ਤੁਸੀਂ ਚੀਜ਼ ਕੋਈ ਪੁੱਛਣੀ ਹੈ ਨਾ ਇਹਨੂੰ ਪੁੱਛ ਸਕਦੇ ਆ। ਕਹਿੰਦੇ ਚੱਲ ਇਹ ਗੱਲ ਹੋਈ ਤਾਂ ਜਿਹੜੇ ਮੇਰੇ ਨਾਲ ਦੇ ਹੋਰ ਮਿੱਤਰ ਸੀਗੇ ਕਹਿੰਦੇ ਇਹਨੂੰ ਪੁੱਛਣਾ ਸ਼ੁਰੂ ਕਰਦਾ ਮੇਰੇ ਹੱਥ 'ਚ ਕੀ ਆ, ਤਾਂ ਕਹਿੰਦੇ ਮੈਂ ਕੋਡ ਵਰਡ ਨਾਲ ਉਹਨੂੰ ਦੱਸ ਦਿੰਦਾ ਸੀਗਾ ਵੀ ਆਹ ਬੰਦਾ ਜਿਹੜਾ ਹੈਗਾ ਇਹ ਇਸ ਤਰ੍ਹਾਂ ਪੁੱਛ ਰਿਹਾ ਦੱਸ ਕੀ ਆ। ਤਾਂ ਮੇਰਾ ਮਿੱਤਰ ਕੋਡ ਵਰਡ ਸਮਝ ਕੇ ਉਹਦਾ ਜਿਹੜਾ ਸੀਗਾ ਜਵਾਬ ਉਹ ਪੂਰਾ ਤਸੱਲੀ ਨਾਲ ਸਹੀ ਨਾ ਦੇ ਰਿਹਾ ਸੀਗਾ। ਬਸ ਕਹਿੰਦੇ ਫਿਰ ਕੀ ਸੀ, ਸਮਾਂ ਪਾ ਕੇ ਇੱਕ ਵਾਰ ਕਹਿੰਦੇ ਸਕੂਲ ਦੇ ਵਿੱਚ ਸਮਾਗਮ ਹੋਇਆ ਸੀਗਾ, ਉਸ ਸਮਾਗਮ ਦੇ ਵਿੱਚ ਕਈ ਹੋਰ ਵੀ ਬੰਦੇ ਬੈਠੇ ਸੀਗੇ ਅਤੇ ਕਹਿੰਦੇ ਮੈਂ ਵੀ ਆਪਣਾ ਵਿੱਚ ਪ੍ਰੋਗਰਾਮ ਰੱਖ ਦਿੱਤਾ ਅਤੇ ਮੇਰਾ ਵੀ ਮਿੱਤਰ ਉਹ ਅੱਖਾਂ ਜਿਹੜੀਆਂ ਬੰਨ੍ਹ ਕੇ ਬੈਠ ਗਿਆ ਅਤੇ ਕਹਿੰਦੇ ਜਿੰਨੇ ਵੀ ਸੱਜਣ ਬੈਠੇ ਸੀਗੇ ਕਹਿੰਦੇ ਜਦੋਂ ਕੋਈ ਸਵਾਲ ਪੁੱਛਣ ਤਾਂ ਮੈਂ ਆਪਣੇ ਮਿੱਤਰ ਨੂੰ ਕੋਡ ਵਰਡ ਰਾਹੀਂ ਜਿਹੜਾ ਸੀ ਉਹ ਦੱਸਦਾ ਸੀਗਾ ਅਤੇ ਉਹ ਉਹਨਾਂ ਦੇ ਜਵਾਬ ਦੇ ਰਿਹਾ ਸੀਗਾ। ਕਹਿੰਦੇ ਬਸ ਗੱਲ ਕੀ ਸੀ, ਫਿਰ ਸਾਡੀ ਜਿਹੜੀ ਝਾਕਾ ਸੀ ਉਹ ਖੁੱਲ੍ਹ ਗਈ ਸੀ ਅਤੇ ਲੋਕਾਂ ਵਿੱਚ ਸਾਡੀ ਜਿਹੜੀ ਸੀ ਉਹ ਵਾਹਵਾ ਜਿਹੜੀ ਸੀ ਉਹ ਹੋਣੀ ਸ਼ੁਰੂ ਹੋ ਗਈ। ਅਖੀਰ ਕਹਿੰਦੇ ਵੀ ਸਮਾਂ ਆਇਆ ਅਤੇ ਫਿਰ ਸਕੂਲ ਤੋਂ ਬਾਅਦ ਹੈ ਨਾ ਮੈਂ ਇਹ ਜਿਹੜੀ ਕਲਾ ਸੀਗੀ ਜੋ ਆਪਣੀ ਸਿਆਣਪ ਦੀ ਬੁੱਧੀ ਦੇ ਨਾਲ ਤਿਆਰ ਕੀਤੀ ਸੀਗੀ ਕਹਿੰਦੇ ਇਹ ਆਮ ਫਿਰ ਬਾਜ਼ਾਰਾਂ ਦੇ ਵਿੱਚ ਵੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਕਹਿੰਦੇ ਕਰਨੀ ਸ਼ੁਰੂ ਕਰ ਦਿੱਤੀ ਪਰ ਕਹਿੰਦੇ ਕੁਦਰਤ ਦਾ ਕਾਨੂੰਨ ਆ ਕਿ 100 ਦਿਨ ਚੋਰ ਦਾ 1 ਦਿਨ ਸਾਧ ਦਾ। ਕਹਿੰਦੇ ਉਹੀ ਗੱਲ ਹੋਈ ਇੱਕ ਵਾਰੀ, ਕਹਿੰਦੇ ਮੈਂ ਆਪਣੇ ਮਿੱਤਰ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਕੇ ਬਾਜ਼ਾਰ ਦੇ ਵਿੱਚ ਇਸ ਤਰ੍ਹਾਂ ਦਾ ਪੁੱਛਾਂ ਦਾ ਕੰਮ ਦੇ ਰਿਹਾ ਸੀਗਾ। ਬਸ ਕਹਿੰਦੇ ਫਿਰ ਕੀ ਸੀ, ਇੱਕ ਦੁਕਾਨਦਾਰ ਆਇਆ, ਉਹਨੇ ਜਿਹੜਾ ਸਵਾਲ ਖੜਾ ਕਰ ਦਿੱਤਾ ਕਿ ਮੇਰੇ ਹੱਥ 'ਚ ਕੀ ਆ। ਜੋ ਕਹਿੰਦੇ ਦੁਕਾਨਦਾਰ ਨੇ ਜਿਹੜਾ ਚੀਜ਼ ਦਿਖਾਲੀ ਸੀ ਕਹਿੰਦੇ ਮੈਂ ਵੀ ਉਹ ਪਹਿਲੀ ਵਾਰ ਦੇਖੀ ਸੀ, ਮੈਨੂੰ ਉਹਦਾ ਨਾਂ ਦਾ ਨਹੀਂ ਸੀ ਪਤਾ। ਅਖੀਰ ਕਹਿੰਦੇ ਮੈਂ ਦੁਕਾਨਦਾਰ ਨੂੰ ਪੁੱਛਿਆ ਵੀ ਇਹ ਕੀ ਚੀਜ਼ ਆ, ਅਤੇ ਕਹਿੰਦੇ ਉਹਨੇ ਦੱਸਿਆ ਕਿ ਇਹ ਜਿਹੜੀ ਚੀਜ਼ ਆ ਇਹਨੂੰ ਆਹ ਚੀਜ਼ ਆਖਦੇ ਆ। ਕਹਿੰਦੇ ਜਦ ਇਹ ਗੱਲ ਹੋਈ ਤਾਂ ਮੈਨੂੰ ਉਸ ਚੀਜ਼ ਦਾ ਕੋਡ ਵਰਡ ਬਣਾਉਣਾ ਨਹੀਂ ਸੀ ਆਉਂਦਾ। ਕਹਿੰਦੇ ਮੈਂ ਵੀ ਆਪਣੇ ਜਿਹੜੇ ਹਿਸਾਬ ਦੇ ਅਟੇ ਸਟੇ ਲਾ ਕੇ ਆਪਣੇ ਮਿੱਤਰ ਜਿਹੜਾ ਅੱਖਾਂ ਮੰਨ ਕੇ ਬੈਠਾ ਸੀਗਾ ਉਹਨੂੰ ਅਟੇ ਸਟੇ ਲਾ ਕੇ ਕੋਡ ਵਰਡ ਦੱਸਦਾ ਸੀਗਾ, ਪਰ ਕਹਿੰਦੇ ਮੇਰਾ ਮਿੱਤਰ ਜਿਹੜਾ ਸੀਗਾ ਇਸ ਗੱਲ ਨੂੰ ਸਮਝ ਨਹੀਂ ਸਕਿਆ। ਅਖੀਰ ਕਹਿੰਦੇ ਗੱਲ ਕੀ ਸੀ ਕਿ ਸਾਡਾ ਜਿਹੜਾ ਸੀਗਾ ਇਹਦੇ ਵਿੱਚ ਭੇਤ ਖੁੱਲ੍ਹ ਗਿਆ। ਜਦੋਂ ਕਹਿੰਦੇ ਪੂਰੇ ਬਾਜ਼ਾਰ ਦੇ ਵਿੱਚ ਭੇਤ ਖੁੱਲ੍ਹ ਗਿਆ ਤਾਂ ਮੈਂ ਕਹਿੰਦੇ ਫਿਰ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਜਦ ਕਹਿੰਦੇ ਮੈਂ ਰੋਣਾ ਸ਼ੁਰੂ ਕੀਤਾ ਤਾਂ ਅਚਨਚੇਤ ਕਹਿੰਦੇ ਉਹਨਾਂ ਬੰਦਿਆਂ ਦੇ ਵਿੱਚ ਇੱਕ ਆਦਮੀ ਖੜਾ ਸੀਗਾ ਜਿਹੜਾ ਸਾਡੀ ਇਸ ਖੇਡ ਨੂੰ ਦੇਖ ਰਿਹਾ ਸੀਗਾ। ਅਚਨਚੇਤ ਕਹਿੰਦੇ ਉਹ ਮੇਰੇ ਕੋਲ ਆਇਆ ਅਤੇ ਮੈਨੂੰ ਰੋਂਦੇ ਨੂੰ ਪੁੱਛਣ ਲੱਗਾ ਵੀ ਆਹ ਜਿਹੜਾ ਕੰਮ ਹੈ ਨਾ ਅਗਰ ਤੂੰ ਆਪਣੀ ਜ਼ਿੰਦਗੀ ਵਿੱਚ ਅਸਲ ਕਰਨਾ ਚਾਹੁੰਦਾ ਹੈ ਤਾਂ ਮੈਂ ਇਹ ਤੈਨੂੰ ਸਿਖਾ ਸਕਦਾ ਹਾਂ ਕਿਉਂਕਿ ਮੈਂ ਇਹ ਪਹਿਲਾ ਜਿਹੜਾ ਹੈ ਨਾ ਕਲਾ ਹੈਗੀ ਇਹ ਮੇਰੀ ਸਿੱਖੀ ਹੋਈ ਆ, ਫਿਰ ਤੈਨੂੰ ਕਿਸੇ ਪਖੰਡ ਦੀ ਲੋੜ ਨਹੀਂ ਹੈ। ਹਰਭਜਨ ਸਿੰਘ ਸੋਢੀ ਜੀ ਦੱਸਦੇ ਸੀ, ਉਹ ਕਹਿੰਦੇ ਸੀਗੇ ਕਿ ਅਖੀਰ ਫਿਰ ਕਹਿੰਦੇ ਮੈਨੂੰ ਉਹਨੇ ਦੱਸਿਆ ਕਿ ਤੂੰ ਇਸ ਤਰ੍ਹਾਂ ਕਰੀਂ, ਅਗਰ ਤੂੰ ਇਹ ਸੱਚਮੁੱਚ ਇਹ ਕਲਾ ਸਿੱਖਣੀ ਚਾਹੁੰਦਾ ਹੈਗਾ ਤਾਂ ਘਰੋਂ 1 ਰੁਪਈਆ ਚਾਂਦੀ ਦਾ ਲੈ ਕੇ ਆਈ, ਨਾਲ ਇੱਕ ਗੁੜ ਦੀ ਪੇਸੀ ਲੈ ਕੇ ਆਈ, ਉਸ ਤੋਂ ਬਾਅਦ ਇੱਕ ਕਾਗਜ਼ ਅਤੇ ਇੱਕ ਪੈਨਸਲ ਲੈ ਕੇ ਆਈ। ਕਹਿੰਦੇ ਮੈਂ ਘਰ ਆ ਕੇ ਆਪਣੀ ਮਾਂ ਨੂੰ ਮਨਾ ਲਿਆ ਅਤੇ 1 ਰੁਪਈਆ ਜਿਹੜਾ ਸੀਗਾ ਮੈਂ ਆਪਣੀ ਮਾਤਾ ਜੀ ਤੋਂ ਲੈ ਲਿਆ, ਨਾਲ ਗੁੜ ਦੀ ਜਿਹੜੀ ਸੀਗੀ ਉਹ ਵੀ ਪੇਸੀ ਲੈ ਲਈ, ਕਾਗਜ਼ ਅਤੇ ਪੈਨਸਲ ਲੈ ਕੇ ਕਹਿੰਦੇ ਮੈਂ ਉਹ ਸੱਜਣ ਦੇ ਕੋਲ ਪਹੁੰਚ ਗਿਆ। ਫਿਰ ਕਹਿੰਦੇ ਉਸ ਸੱਜਣ ਨੇ ਜਿਹੜਾ ਸੀਗਾ ਉਹ ਸਮਾਨ ਰੱਖ ਕੇ ਹੈ ਨਾ ਮੇਰੇ ਕਾਗਜ਼ ਦੇ ਉੱਤੇ ਇੱਕ ਗੋਲ ਧਾਰਾ ਬਣਾਇਆ ਅਤੇ ਗੋਲ ਧਾਰਾ ਬਣਾ ਕੇ ਕਹਿੰਦੇ ਉਹਨੂੰ ਅੰਦਰੋਂ ਜਿਹੜਾ ਸੀ ਕਾਲਾ ਕਰ ਦਿੱਤਾ। ਕਹਿੰਦੇ ਜਦੋਂ ਕਾਲਾ ਕੀਤਾ, ਕਾਲੇ ਕਰਨ ਤੋਂ ਬਾਅਦ ਉਹ ਮੈਨੂੰ ਕਹਿਣ ਲੱਗਾ ਕਿ ਹੁਣ ਤੂੰ ਇਸ ਤਰ੍ਹਾਂ ਕਰਨੀ ਆ ਕਿ ਇਹ ਕਾਗਜ਼ ਜਿਹੜਾ ਹੈ ਨਾ ਆਪਣੇ ਕੰਧ ਦੇ ਉੱਤੇ ਜਿੱਥੇ ਵੀ ਤਾਂ ਬਹਿਣਾ ਹੈਗਾ ਉਹਦੇ ਸਾਹਮਣੇ ਚਪਕਾ ਲੈਣਾ ਹੈਗਾ। ਕਹਿੰਦੇ ਚਪਕਾ ਕੇ ਮੈਨੂੰ ਉਹਨੇ ਇਹ ਦੱਸਿਆ ਕਿ ਤੂੰ ਇਹਦੇ ਮੂਹਰੇ ਬੈਠ ਕੇ ਹੈ ਨਾ ਇਹ ਜਿਹੜਾ ਗੋਲ ਧਾਰਾ ਹੈਗਾ ਇਹਦੇ ਉੱਤੇ ਆਪਣਾ ਧਿਆਨ ਕੇਂਦਰਿਤ ਕਰਨਾ ਹੈਗਾ, ਜਦੋਂ ਵੀ ਤੇਰਾ ਸਮਾਂ ਬਣੇਗਾ ਹੈ ਨਾ ਵੱਧ ਤੋਂ ਵੱਧ ਇਹਦੇ ਵੱਲ ਆਪਣਾ ਧਿਆਨ ਕੇਂਦਰਿਤ ਕਰਨਾ ਹੈਗਾ ਅਤੇ ਧਿਆਨ ਕੇਂਦਰਿਤ ਕਰਦੇ ਕਰਦੇ ਇੱਕ ਦਿਨ ਐਸਾ ਸਮਾਂ ਆ ਜਾਏਗਾ ਕਿ ਇਸ ਜਿਹੜਾ ਕਾਲਾ ਗੋਲ ਧਾਰਾ ਹੈਗਾ ਇਹਦੇ ਵਿੱਚੋਂ ਤੈਨੂੰ ਚਿੱਟੇ ਰੰਗ ਦਾ ਪ੍ਰਕਾਸ਼ ਨਜ਼ਰ ਆਏਗਾ ਅਤੇ ਜਿੱਦਣ ਤੈਨੂੰ ਚਿੱਟੇ ਰੰਗ ਦਾ ਪ੍ਰਕਾਸ਼ ਨਜ਼ਰ ਆਏਗਾ ਹੈ ਨਾ ਉਸ ਦਿਨ ਤੂੰ ਫਿਰ ਮੇਰੇ ਪਾਸ ਹੀ, ਬਾਕੀ ਅਗਲੀ ਵਿਧੀ ਮੈਂ ਤੈਨੂੰ ਆਪ ਸਮਝਾ ਦੂੰਗਾ। ਜਦੋਂ ਕਹਿੰਦੇ ਉਹ ਸੱਜਣ ਨੇ ਮੈਨੂੰ ਇਹ ਤਰੀਕ ਜਿਹੜੀ ਸੀ ਸਾਰੀ ਗੱਲਬਾਤ ਦੱਸੀ ਹੈ ਅਤੇ ਮੈਨੂੰ ਬੜੀ ਖੁਸ਼ੀ ਹੋਈ। ਕਹਿੰਦੇ ਮੈਂ ਘਰ ਆ ਕੇ ਨਾ ਉਸੇ ਟਾਈਮ ਉਹ ਕਾਗਜ਼ ਇੱਕ ਕੰਧ ਦੇ ਨਾਲ ਚਪਕਾ ਕੇ ਥੱਲੇ ਆਸਣ ਲਾ ਕੇ ਬੈਠ ਗਿਆ ਅਤੇ ਉਸ ਗੋਲ ਧਾਰੇ ਨੂੰ ਜਿਹੜਾ ਸੀਗਾ ਉਹ ਦੇਖਣਾ ਸ਼ੁਰੂ ਕਰ ਦਿੱਤਾ। ਕਹਿੰਦੇ ਕਰਦੇ ਕਰਦੇ ਮੈਨੂੰ ਜਦੋਂ ਵੀ ਟਾਈਮ ਮਿਲਣਾ ਹੈਗਾ ਮੈਂ ਕਈ ਕਈ ਘੰਟੇ ਲਗਾਤਾਰ ਉਹਨੂੰ ਦੇਖਦੇ ਰਹਿਣਾ,
ਬਸ ਦੇਖਦੇ ਕਹਿੰਦੇ ਹਫ਼ਤੇ ਦੇ ਅੰਦਰ ਹੀ ਉਹ ਜਿਹੜਾ ਕਾਗਜ਼ ਸੀਗਾ ਉਹਦੇ ਉੱਤੇ ਗੋਲਧਾਰਾ ਬਣਿਆ ਸੀਗਾ, ਉਹਦੇ ਵਿੱਚੋਂ ਫਿਰ ਪ੍ਰਕਾਸ਼ ਨਿਕਲਣਾ ਸ਼ੁਰੂ ਹੋ ਗਿਆ। ਜਿਉਂ ਜਿਉਂ ਕਹਿੰਦੇ ਪ੍ਰਕਾਸ਼ ਨਿਕਲਣਾ ਸ਼ੁਰੂ ਹੋ ਗਿਆ ਤਾਂ ਕਹਿੰਦੇ ਬਸ ਫਿਰ ਕੀ ਸੀ, ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਤਾਂ ਮੈਂ ਫਿਰ ਕਹਿੰਦੇ ਦੌੜ ਕੇ ਉਸ ਸੱਜਣ ਦੇ ਕੋਲ ਗਿਆ ਜਿਹਨੇ ਮੈਨੂੰ ਇਹ ਵਿਧੀ ਤਰਤੀਬ ਦੱਸੀ ਸੀਗੀ। ਕਹਿੰਦੇ ਜਦੋਂ ਮੈਨੂੰ ਦੱਸਿਆ ਤਾਂ ਮੈਨੂੰ ਹੱਸ ਕੇ ਕਹਿਣ ਲੱਗਾ, ਠੀਕ ਆ ਹੁਣ ਗੱਲ ਬਣ ਗਈ, ਹੁਣ ਤੂੰ ਇਸ ਤਰ੍ਹਾਂ ਕਰ ਕਿ ਆਪਣੇ ਮਿੱਤਰ ਨੂੰ ਇੱਥੇ ਲੈ ਕੇ ਆ। ਕਹਿੰਦੇ ਮੈਂ ਫਿਰ ਆਪਣੇ ਮਿੱਤਰ ਨੂੰ ਲੈ ਕੇ ਜਦ ਉਹਦੇ ਪਾਸ ਗਿਆ ਤਾਂ ਫਿਰ ਕਹਿੰਦਾ ਉਹਨੇ ਆਖਿਆ ਕਿ ਤੂੰ ਜਿਹੜਾ ਪਹਿਲਾਂ ਆਪਣੇ ਮਿੱਤਰ ਦੇ ਜਿਹੜੇ ਹਨ ਅੱਖਾਂ ਦੇ ਉੱਤੇ ਤੈਨੂੰ ਪੱਟੀ ਬੰਨਣ ਦੀ ਲੋੜ ਨਹੀਂ ਹੈਗੀ ਜਿਹੜੀ ਤੂੰ ਪਹਿਲਾਂ ਬੰਨਦਾ ਸੀਗਾ, ਹੁਣ ਤੂੰ ਇਸ ਤਰ੍ਹਾਂ ਕਰਕੇ ਆਪਣੇ ਮਿੱਤਰ ਦੇ ਹੱਥਾਂ ਦੇ ਵਿੱਚ ਹੱਥ ਜਿਹੜੇ ਸੀ ਆਪਣੇ ਹੱਥਾਂ ਦੇ ਵਿੱਚ ਫੜ ਲੈ। ਕਹਿੰਦੇ ਮੈਂ ਆਪਣੇ ਮਿੱਤਰ ਦੇ ਹੱਥ ਆਪਣੇ ਹੱਥਾਂ ਦੇ ਵਿੱਚ ਫੜ ਲੈ। ਫਿਰ ਮੈਨੂੰ ਉਹ ਕਹਿਣ ਲੱਗਾ ਕਿ ਤੂੰ ਇਸ ਤਰ੍ਹਾਂ ਕਰ, ਇਹਨੂੰ ਆਖ ਕੇ ਤੈਨੂੰ ਨੀਂਦ ਆ ਜਾਵੇ। ਕਹਿੰਦੇ ਮੈਂ ਉਹਨੂੰ ਆਖਿਆ ਕਿ ਤੂੰ ਹੁਣ ਇਹ ਮੰਗ ਕਰਕੇ ਮੈਨੂੰ ਨੀਂਦ ਆਵੇ। ਕਹਿੰਦੇ ਇੰਨੀ ਗੱਲ ਕਹਿਣ ਦੀ ਡੇਰ ਸੀ ਅਤੇ ਮੇਰੇ ਮਿੱਤਰ ਨੇ ਕਿਹਾ ਕਿ ਤੇ ਮੈਨੂੰ ਨੀਂਦ ਆ ਜਾਵੇ, ਮੈਂ ਸੌਂ ਜਾਵਾਂ। ਅਤੇ ਕਹਿੰਦੇ ਜਦੋਂ ਅਸੀਂ ਕਹਿੰਦੇ ਅੱਖਾਂ 'ਚ ਅੱਖਾਂ ਪਾ ਕੇ ਇਹ ਗੱਲ ਕੀਤੀ, ਕਹਿੰਦੇ ਉਹੀ ਗੱਲ ਹੋਈ, ਇਹਦਾ ਅਸਰ ਐਸਾ ਹੋਇਆ ਕਿ ਮੇਰੇ ਜਿਹੜਾ ਮਿੱਤਰ ਸੀਗਾ ਉਹਨੂੰ ਨੀਂਦ ਆਉਣੀ ਸ਼ੁਰੂ ਹੋ ਗਈ ਅਤੇ ਹੌਲੀ ਹੌਲੀ ਜਿਹੜਾ ਸੀਗਾ ਕਹਿੰਦੇ ਉਹ ਪੂਰੀ ਬਹੋਸ਼ੀ ਦੀ ਹਾਲਤ ਦੇ ਵਿੱਚ ਕਹਿੰਦੇ ਉੱਥੇ ਲੰਮਾ ਪੈ ਗਿਆ। ਜਦੋਂ ਕਹਿੰਦੇ ਉਹ ਬਹੋਸ਼ੀ ਜਿਹੀ ਹਾਲਤ ਦੇ ਵਿੱਚ ਲੰਮਾ ਪੈ ਗਿਆ ਤਾਂ ਫਿਰ ਕਹਿੰਦੇ ਉਹ ਬੰਦਾ ਮੈਨੂੰ ਕਹਿਣ ਲੱਗਾ ਕਿ ਕਹਿੰਦੇ ਹੁਣ ਤੂੰ ਇਸ ਤਰ੍ਹਾਂ ਕਰ ਕਿ ਕੋਈ ਵੀ ਸਵਾਲ ਜਿਹੜਾ ਪੁੱਛਣਾ ਹਨ ਇਹਨੂੰ ਪੁੱਛ ਸਕਦਾ ਹੈਗਾ। ਕਹਿੰਦੇ ਹੈਰਾਨੀ ਦੀ ਗੱਲ ਇਹ ਸੀ ਕਿ ਮੈਂ ਜਿੰਨੇ ਵੀ ਸਵਾਲ ਜਿਹੜਾ ਸੀ ਉਹਨੂੰ ਪੁੱਛਦਾ ਸੀਗਾ ਅਤੇ ਮੇਰਾ ਮਿੱਤਰ ਜਿਹੜਾ ਅੱਧ ਬਹੋਸ਼ੀ ਦੀ ਹਾਲਤ ਦੇ ਵਿੱਚ ਮੰਜੇ 'ਤੇ ਲੰਮਾ ਪਿਆ ਸੀਗਾ ਉਹਦੇ ਜਵਾਬ ਜਿਹੜੇ ਸੀਗੇ ਉਹ ਬਿਨਾਂ ਕਿਸੇ ਕੋਡ ਵਰਡ ਤੋਂ ਆਪਣੇ ਆਪ ਦੇ ਰਿਹਾ ਸੀਗਾ। ਅਤੇ ਫਿਰ ਕਹਿੰਦੇ ਮੈਨੂੰ ਉਹ ਜਿਹੜੇ ਮੇਰਾ ਸੱਜਣ ਸੀਗਾ ਉਹ ਮੈਨੂੰ ਕਿਹਾ ਕਿ ਹੁਣ ਦੇਖ, ਹੁਣ ਤੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਹੈ, ਇਹ ਇੱਕ ਯੁਕਤ ਹੈ, ਇੱਕ ਤਰੀਕਾ ਹੈ। ਇਸ ਤਰ੍ਹਾਂ ਅਸੀਂ ਜਿਹੜੇ ਹਨ ਲੋਕਾਂ ਦੇ ਸਵਾਲਾਂ ਦੇ ਜਵਾਬ ਆਸਾਨੀ ਨਾਲ ਦੇ ਸਕਦੇ ਹਾਂ। ਕਹਿੰਦੇ ਚਾਹੇ ਇਹਨੂੰ ਕੋਈ ਵੀ ਚੀਜ਼ ਸਮਝ ਲਓ ਪਰ ਮੈਨੂੰ ਇਹ ਤੋਂ ਇਹ ਗੱਲ ਜਿਹੜੀ ਸੀ ਉਹ ਜ਼ਰੂਰ ਮਿਲੀ ਹੈ ਕਿ ਕਿਸੇ ਵੀ ਕਾਰਜ ਦੀ ਸਫਲਤਾ ਵਾਸਤੇ, ਸਿੱਧੀ ਵਾਸਤੇ ਗੁਰੂ ਦਾ ਹੋਣਾ ਬੜਾ ਜ਼ਰੂਰੀ ਆ। ਪਰ ਕਹਿੰਦੇ ਇਹ ਜਿਹੜਾ ਸੀ ਇਹ ਮੇਰੇ ਬਚਪਨ ਦੀ ਘਟਨਾ ਸੀਗੀ, ਇਸ ਕਰਕੇ ਮੇਰੇ ਅੰਦਰ ਤਾਂ ਜਿਹੜੀ ਇਹ ਫੁਰੀ ਆ ਕਿ ਸਾਡਾ ਜਿਹੜਾ ਜਨਮ ਗੁਰਸਿੱਖਾਂ ਦੇ ਘਰਾਂ ਦਾ ਹੈਗਾ ਅਤੇ ਗੁਰਸਿੱਖਾਂ ਦੇ ਭਾਗ ਜਿਹੜੇ ਸਭ ਤੋਂ ਉੱਤਮ ਹਾਂ ਕਿਉਂਕਿ ਇਹਨਾਂ ਨੂੰ ਗੁਰੂ ਨਹੀਂ ਪੂਰੇ ਗੁਰੂ ਦੀ ਦਾਤ ਪ੍ਰਾਪਤ ਹੋਈ ਆ। ਸੋ ਜੋ ਪੂਰਾ ਗੁਰੂ ਆ ਹਨਾ ਉਹ ਸਮਰੱਥ ਹੈ, ਜਿਵੇਂ ਗੁਰਬਾਣੀ ਦਾ ਫਰਮਾਨ ਹੈ ਕਿ ਗੁਰਮੁਖ ਨਾਦੰਗ, ਗੁਰਮੁਖ ਵੇਦੰਗ, ਗੁਰਮੁਖ ਰਿਹਾ ਸਮਾਈ, ਗੁਰ ਈਸਰ, ਗੁਰ ਗੋਰਖ, ਬਰਮਾ ਗੁਰ ਪਾਰਵਤੀ ਮਾਈ, ਸਾਰਾ ਕੁਛ ਗੁਰੂ ਦੇ ਕੋਲ ਹੀ ਹੈ, ਗੁਰੂ ਆਪ ਹੀ ਸਮਰੱਥ ਹੈ, ਸਭਨਾ ਗੱਲਾਂ ਸਮਰੱਥ ਸਵਾਮੀ। ਕਹਿੰਦੇ ਫਿਰ ਇਹ ਜਿਹੜੀ ਸਮ ਸੀ ਹੈ ਨਾ ਫਿਰ ਮੈਨੂੰ ਆ ਗਏ ਸੀਗੇ ਕਿ ਗੁਰੂ ਬਿਨਾਂ ਗਤ ਨਹੀਂ ਹੈਗਾ ਤਾਂ ਗੁਰੂ ਆਪ ਹੀ ਸਭ ਕੁਛ ਹੈ, ਆਪ ਹੀ ਸ਼ਾਹੂਕਾਰ ਹੈ, ਆਪ ਹੀ ਸਭ ਕੁਛ ਹੈ। ਸੋ ਇੱਕ ਵਾਰ ਜਿਵੇਂ ਆਪ ਸੰਗਤਾਂ ਜਾਣਦੀਆਂ ਹੈਗਾ ਕਿ ਤੀਸਰੀ ਘਟਨਾ ਜਿਹੜੀ ਹੈ ਨਾ ਸੰਤ ਬਾਬਾ ਅਤਰ ਸਿੰਘ ਜੀ ਦੀ ਜਿਹੜੀ ਮਾਤਾ ਸੀ, ਮਾਤਾ ਜੀ ਦਾ ਨਾਮ ਬੀਬੀ ਭੋਲੀ ਕੌਰ ਜੀ ਸੀਗੇ ਅਤੇ ਜੋ ਸਿਮਰਨ ਭਜਨ ਬੰਦਗੀ ਦੇ ਬਹੁਤ ਹੀ ਜ਼ਿਆਦਾ ਭਜਨੀਕ ਸੀਗੇ ਅਤੇ ਸੰਤ ਬਾਬਾ ਅਤਰ ਸਿੰਘ ਜੀ ਆਪਣੀ ਮਾਤਾ ਜੀ ਨੂੰ ਬਹੁਤ ਹੀ ਜ਼ਿਆਦਾ ਜਿਹੜਾ ਸੀ ਉਹ ਪਿਆਰ ਕਰਦੇ ਹੁੰਦੇ ਸੀ ਅਤੇ ਪਿਆਰ ਕਰਦੇ ਹੁੰਦੇ ਸੀ ਤਾਂ ਸੰਤ ਬਾਬਾ ਅਤਰ ਸਿੰਘ ਹੋਣਾ ਨੇ ਆਪਣੇ ਜੀਵਨ ਦੇ ਵਿੱਚ 14 ਲੱਖ ਤੋਂ ਵੱਧ ਪ੍ਰਾਣੀਆਂ ਨੂੰ ਅੰਮ੍ਰਿਤ ਦੀ ਦਾਤ ਜਿਹੜੀ ਸੀ ਉਹ ਬਖਸ਼ੀ ਸੀਗੀ। ਜਦੋਂ ਅੰਮ੍ਰਿਤ ਦੀ ਦਾਤ ਬਖਸ਼ੀ ਸੀ ਤਾਂ ਇੱਕ ਵਾਰ ਸੰਤ ਬਾਬਾ ਅਤਰ ਸਿੰਘ ਹੋਣਾ ਨੇ ਆਪਣੀ ਮਾਤਾ ਜੀ ਨੂੰ ਆਖਿਆ ਕਿ ਮਾਤਾ ਜੀ ਹੁਣ ਤੁਸੀਂ ਵੀ ਅੰਮ੍ਰਿਤ ਛਕ ਲਓ। ਪਰ ਜਦੋਂ ਸੰਤਾਂ ਨੇ 1-2 ਵਾਰੀ ਮਾਤਾ ਜੀ ਨੂੰ ਆਖਿਆ ਸੀ ਤਾਂ ਮਾਤਾ ਜੀ ਕਹਿਣ ਲੱਗੇ ਕਿ ਪੁੱਤਰ ਜੀ ਤੁਸੀਂ ਸਾਰਿਆਂ ਨੂੰ ਅੰਮ੍ਰਿਤ ਛਕਾਉਂਦੇ ਹੀ ਆ, ਜਦੋਂ ਤੁਸੀਂ ਸਾਰਿਆਂ ਨੂੰ ਅੰਮ੍ਰਿਤ ਛਕਾ ਰਹੇ ਹਾਂ ਤਾਂ ਮੇਰੇ ਅੰਮ੍ਰਿਤ ਦੀ ਕੀ ਜ਼ਰੂਰਤ ਹੈਗੀ ਆ, ਅਤੇ ਮੈਂ ਵੀ ਤਾਂ ਤੁਹਾਡੀ ਮਾਤਾ ਹੀ ਹੈਗੀ ਹਾਂ, ਜਿਹਾ ਤੁਸੀਂ ਛਕ ਲਿਆ ਜਿਹਾ ਮੈਂ ਛਕ ਲਿਆ ਗੱਲ ਇੱਕੋ ਹੀ ਆ। ਅਤੇ ਸੰਤ ਬਾਬਾ ਅਤਰ ਸਿੰਘ ਜੀ ਆਪਣੀ ਮਾਤਾ ਦੇ ਪ੍ਰੇਮ ਦੇ ਵਿੱਚ ਫਿਰ ਅੱਗਿਓਂ ਕੁਛ ਨਹੀਂ ਸੀ ਬੋਲਦੇ, ਚੁੱਪ ਰਹਿੰਦੇ ਸੀਗੇ। ਪਰ ਜਦੋਂ ਸੰਤ ਬਾਬਾ ਅਤਰ ਸਿੰਘ ਹੋਣਾ ਦੀ ਮਾਤਾ ਦਾ ਅੰਤ ਸਮਾਂ ਆਇਆ ਹੈ ਨਾ, ਅਤੇ ਜਦੋਂ ਇਹਨਾਂ ਦੀ ਜਿਹੜੀ ਸੀਗੀ ਰੂਹ ਪੰਚ ਭੂਤਕ ਸਰੀਰ ਛੱਡ ਕੇ ਧਰਮਰਾਜ ਦੇ ਦਰਬਾਰ ਦੇ ਵਿੱਚ ਗਈ ਸੀ, ਅਤੇ ਜਦੋਂ ਧਰਮਰਾਜ ਨੇ ਦੇਖ ਕੇ ਹੈ ਨਾ ਕਿ ਸੰਤ ਬਾਬਾ ਅਤਰ ਸਿੰਘ ਹੋਣਾ ਦੀ ਮਾਤਾ ਜਿਹੜੀ ਆ ਬੀਬੀ ਭੋਲੀ ਕੌਰ ਜੀ ਜਿਹੜੇ ਹੈ ਸਾਡੇ ਇਸ ਧਰਮਰਾਜ ਦੇ ਅਸਥਾਨ 'ਤੇ ਪਹੁੰਚ ਗਏ ਆ, ਅਤੇ ਉਸ ਟਾਈਮ ਫਿਰ ਧਰਮਰਾਜ ਨੇ ਫਿਰ ਉਸ ਟਾਈਮ ਇਹਨਾਂ ਦੀ ਮਾਤਾ ਵਾਸਤੇ ਆਪਣਾ ਸਿੰਘਾਸਨ ਛੱਡ ਦਿੱਤਾ ਸੀ,
ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜਿਹੜੀ ਮਾਤਾ ਜੀ ਆ, ਮਾਤਾ ਬੀਬੀ ਭੋਲੀ ਕੌਰ ਜੀ, ਇਹ ਸੰਤ ਬਾਬਾ ਤਰ ਸਿੰਘ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਜਿਹੜੇ ਹੈ ਇਹ ਮਾਤਾ ਜੀ ਜਨਨੀ ਹਨ। ਪਰ ਇੰਨਾ ਭਾਰਾ ਜਿਹੜਾ ਸੀ ਸਤਿਕਾਰ ਕੀਤਾ ਧਰਮਰਾਜ ਜੀ ਨੇ। ਪਰ ਉਸ ਤੋਂ ਬਾਅਦ ਜਦੋਂ ਧਰਮਰਾਜ ਜੀ ਨੇ ਆਪਣੀ ਜਿਹੜੀ ਸੀ ਉਹ ਹੁਕਮ ਦੇ ਹਿਸਾਬ ਦੇ ਨਾਲ ਮਾਤਾ ਜੀ ਦਾ ਵਹੀ ਖਾਤਾ ਜਦੋਂ ਦੇਖਿਆ, ਜਦ ਕਿ ਉਹਨੇ ਤੱਕਿਆ ਕਿ ਮਾਤਾ ਜੀ ਨੇ ਅੰਮ੍ਰਿਤ ਹੀ ਨਹੀਂ ਛਕਿਆ। ਜਦ ਮਾਤਾ ਜੀ ਨੇ ਅੰਮ੍ਰਿਤ ਨਹੀਂ ਛਕਿਆ ਤਾਂ ਧਰਮਰਾਜ ਜਿਹੜੇ ਸੀ ਉਹ ਬੜੇ ਹੈਰਾਨ ਹੋਏ। ਉਹ ਸੋਚਣ ਲੱਗ ਪਏ ਕਿ ਜਿਨ੍ਹਾਂ ਦੇ ਜਿਹੜੇ ਪੁੱਤਰ ਹੈਗੇ ਆ, ਜੋ ਬ੍ਰਹਮ ਗਿਆਨੀ ਸੰਤ ਬਾਬਾ ਅਤਰ ਸਿੰਘ ਜੀ ਆ, ਉਹਨਾਂ ਨੇ 14 ਲੱਖ ਤੋਂ ਵੱਧ ਪ੍ਰਾਣੀਆਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਨਾਲ ਜੋੜਿਆ, ਪਰ ਇਹਨਾਂ ਦੇ ਮਾਤਾ ਜੀ ਕਿਵੇਂ ਇਸ ਐਡੀ ਵੱਡੀ ਦਾਤ ਤੋਂ ਸੱਖਣੇ ਰਹਿ ਗਏ ਆ। ਜਦ ਇੰਨੀ ਗੱਲ ਹੋਈ ਤਾਂ ਧਰਮਰਾਜ ਜਿਹੜਾ ਸੀ ਉਹ ਮਾਤਾ ਜੀ ਨੂੰ ਆਖਣ ਲੱਗਾ, ਕਹਿੰਦੇ ਮਾਤਾ ਜੀ ਤੁਸੀਂ ਤਾਂ ਮੈਨੂੰ ਬਹੁਤ ਭਾਰੀ ਪਰੇਸ਼ਾਨੀ ਦੇ ਵਿੱਚ ਜਿਹੜਾ ਪਾ ਦਿੱਤਾ ਹੈ। ਜਦ ਇਹ ਗੱਲ ਹੋਈ ਤਾਂ ਸੰਤਾਂ ਦੀ ਮਾਤਾ ਜੀ ਕਹਿਣ ਲੱਗੇ ਕਿ ਮੈਂ ਤੁਹਾਨੂੰ ਪਰੇਸ਼ਾਨੀ ਦੇ ਵਿੱਚ ਕਿਵੇਂ ਪਾ ਦਿੱਤਾ। ਤਾਂ ਫਿਰ ਉਸ ਟਾਈਮ ਧਰਮਰਾਜ ਜੀ ਨੇ ਆਖਿਆ ਸੀਗਾ ਕਿ ਮਾਤਾ ਜੀ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਨਾ ਤਾਂ ਮੈਂ ਤੁਹਾਨੂੰ ਨਰਕਾਂ ਵਿੱਚ ਭੇਜ ਸਕਦਾ ਨਾ ਸੁਰਗਾਂ ਵਿੱਚ ਭੇਜ ਸਕਦਾ ਹਾਂ, ਸੱਚਖੰਡ ਤਾਂ ਬਹੁਤ ਦੂਰ ਦੀ ਗੱਲ ਹੈ, ਕਿਉਂਕਿ ਤੁਸੀਂ ਤਾਂ ਹੈ ਨਾ ਅੰਮ੍ਰਿਤ ਨਹੀਂ ਛਕਿਆ, ਤੁਸੀਂ ਤਾਂ ਗੁਰੂ ਧਾਰਨ ਨਹੀਂ ਕੀਤਾ, ਤੁਸੀਂ ਤਾਂ ਗੁਰੂ ਦੀ ਲੋੜ ਹੀ ਨਹੀਂ ਸਮਝੀ। ਕਿਉਂਕਿ ਸਿੱਖ ਦੇ ਵਾਸਤੇ ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਆ, ਕਿਉਂਕਿ ਗੁਰੂ ਬਿਨਾਂ ਗਤ ਨਹੀਂ। ਸੋ ਸਿੱਖ ਜਦ ਤੱਕ ਜਿੰਨਾ ਮਰਜ਼ੀ ਸੇਵਾ ਕਰੇ, ਗੁਰਬਾਣੀ ਪੜ੍ਹੇ, ਸਭ ਕੁਛ ਕਰੇ, ਧਰਮ ਦੀ ਕਿਰਤ ਕਰੇ, ਲੇਕਿਨ ਜਦ ਤੱਕ ਉਹ ਗੁਰੂ ਦਾ ਅੰਮ੍ਰਿਤ ਨਹੀਂ ਛਕਦਾ ਉਹ 'ਤੇ ਮੋਹਰ ਨਹੀਂ ਲੱਗਦੀ, ਕਿਉਂਕਿ ਗੁਰਮੰਤਰਹੀਣ ਜਿਹੜੇ ਪ੍ਰਾਣੀ ਆ ਉਹਨਾਂ ਦੀ ਦਸ਼ਾ ਜਿਹੜੀ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਗੁਰਬਾਣੀ ਵਿੱਚ ਜਿਹੜੇ ਹੈ ਉਹ ਅੰਕਿਤ ਕੀਤੀ ਗਈ ਆ। ਜਦ ਇਹ ਗੱਲ ਹੋਈ ਤਾਂ ਬਸ ਫਿਰ ਕੀ ਸੀ, ਮਾਤਾ ਜੀ ਨੂੰ ਫਿਰ ਉਸ ਟਾਈਮ ਸਮਝ ਆਏ ਵੀ ਅਸਲ ਦੇ ਵਿੱਚ ਜੀਵਨ ਦੇ ਅੰਦਰ ਗੁਰੂ ਦਾ ਧਾਰਨਾ ਬੜਾ ਜ਼ਰੂਰੀ ਹੈ, ਕਿ ਜਿਵੇਂ ਜਿਵੇਂ ਕਿਸੇ ਧਰਮ ਦੀ ਆਪਾਂ ਆਪਣੀ ਪਰੰਪਰਾ ਜਾਂ ਮਰਯਾਦਾ ਹੈ ਉਸ ਅਨੁਸਾਰ ਸਿੱਖ ਧਰਮ ਜਿਹੜਾ ਹੈ ਉਹਦੇ ਵਿੱਚ ਅੰਮ੍ਰਿਤ ਦੀ ਦਾਤ ਛਕਣੀ ਬਹੁਤ ਜ਼ਰੂਰੀ ਆ। ਅਤੇ ਪਰ ਹੁਣ ਕੀ ਹੋ ਸਕਦਾ ਸੀ, ਫਿਰ ਉਸ ਟਾਈਮ ਧਰਮਰਾਜ ਜੀ ਨੇ ਇਹ ਇਹਨਾਂ ਦੀ ਮਾਤਾ ਨੂੰ ਆਖਿਆ ਸੀਗਾ ਕਿ ਬਾਕੀ ਤਾਂ ਚਲੋ ਕੁਛ ਨਹੀਂ, ਪਰ ਮੈਂ ਇੰਨਾ ਤੁਹਾਡੇ ਵਾਸਤੇ ਕਰ ਸਕਦਾ ਹਾਂ ਕਿ ਤੁਹਾਡੀ ਜਿਹੜੀ ਹੈਗੀ ਰੂਹ ਆ ਤੁਹਾਡੇ ਆਪਣੇ ਮਾਤ ਲੋਕ ਦੇ ਵਿੱਚ ਸਰੀਰ ਦੇ ਵਿੱਚ ਦੁਬਾਰਾ ਭੇਜ ਸਕਦਾ ਹਾਂ। ਤਾਂ ਫਿਰ ਜਿਹੜੇ ਸੀ ਉਹਨੇ ਆਖਿਆ ਸੀਗਾ ਕਿ ਜਦੋਂ ਤੁਸੀਂ ਆਪਣੇ ਸਰੀਰ ਦੇ ਵਿੱਚ ਜਾਓਗੇ ਉਸ ਟਾਈਮ ਫਿਰ ਤੁਸੀਂ ਅੰਮ੍ਰਿਤ ਦੀ ਦਾਤ ਜ਼ਰੂਰ ਛਕ ਲੈਣਾ, ਕਿਉਂਕਿ ਮੈਂ ਤੁਹਾਨੂੰ 1-2 ਦਿਨ ਦਾ ਹੋਰ ਟਾਈਮ ਬਖਸ਼ਦਾ ਹਾਂ। ਜਦ ਇਹ ਗੱਲ ਹੋਈ ਤਾਂ ਉੱਧਰੋਂ ਫਿਰ ਮਾਤਾ ਜੀ ਦੀ ਜਿਹੜੀ ਰੂਹ ਸੀਗੀ ਉਸ ਟਾਈਮ ਮਾਤਾ ਜੀ ਦੇ ਸਰੀਰ ਦੇ ਵਿੱਚ ਜਿਹੜੀ ਉਹ ਪ੍ਰਵੇਸ਼ ਕਰ ਗਈ। ਅਤੇ ਉਸ ਟਾਈਮ ਜਦੋਂ ਮਾਤਾ ਜੀ ਉੱਠ ਕੇ ਬੈਠੇ ਆ, ਪਰ ਉਸ ਟਾਈਮ ਜਦੋਂ ਆਲੇ ਦੁਆਲੇ ਸੰਗਤ ਨੂੰ ਪਤਾ ਲੱਗਾ ਸੀਗਾ ਕਿ ਮਾਤਾ ਜੀ ਜਿਹੜੇ ਚੜ੍ਹਾਈ ਕਰ ਗਏ ਸੰਤ ਬਾਬਾ ਤਰ ਸਿੰਘ ਹੁਣਾਂ ਦੇ, ਤਾਂ ਸੰਗਤਾਂ ਦਾ ਜਿਹੜਾ ਸੀਗਾ ਬਹੁਤ ਭਾਰਾ ਇਕੱਠ ਹੋ ਜਿਹੜਾ ਸੀ ਉੱਥੇ ਹਾਜ਼ਰ ਸੀਗਾ। ਪਰ ਜਦੋਂ ਮਾਤਾ ਜੀ ਜਿਉਂਦੇ ਹੋਏ ਆ, ਪਰ ਇਹ ਜਿਹੜਾ ਅਚਰਜ ਕੌਤਕ ਦੇਖ ਕੇ ਸੰਗਤਾਂ ਜਿਹੜੀਆਂ ਸੀਗੀਆਂ ਉਹ ਵੀ ਬੜੀਆਂ ਹੈਰਾਨ ਹੋਈਆਂ। ਪਰ ਹੈਰਾਨ ਹੋਣ ਤੋਂ ਬਾਅਦ ਫਿਰ ਮਾਤਾ ਜੀ ਨੇ ਅਸਲੀ ਕਾਰਨ ਦੱਸਿਆ ਕਿ ਮੈਂ ਜਿਹੜੀ ਸੀ ਉਹ ਧਰਮਰਾਜ ਦੇ ਕੋਲ ਪਹੁੰਚ ਗਈ ਸੀ, ਪਰ ਮੈਨੂੰ ਉੱਥੇ ਜਾ ਕੇ ਪਤਾ ਲੱਗਾ ਕਿ ਸਿੱਖ ਲਈ ਅੰਮ੍ਰਿਤ ਛਕਣਾ ਕਿੰਨਾ ਜ਼ਰੂਰੀ ਹੈ, ਗੁਰੂ ਧਾਰਨਾ ਕਰਨੀ ਕਿੰਨੀ ਜ਼ਰੂਰੀ ਹੈ, ਕਿਉਂਕਿ ਗੁਰੂ ਤੋਂ ਬਿਨਾਂ ਜਿਹੜੀ ਹੈ ਉਹ ਗਤ ਨਹੀਂ ਹੈ, ਢੋਈ ਨਹੀਂ ਹੈ, ਟਿਕਾਣਾ ਨਹੀਂ ਹੈ। ਫਿਰ ਮਾਤਾ ਜੀ ਨੇ ਜਿਹੜੀ ਸੀ ਆਪਣੇ ਪੁੱਤਰ ਸੰਤ ਬਾਬਾ ਅਤਰ ਸਿੰਘ ਹੋਣਾ ਤੋਂ ਅੰਮ੍ਰਿਤ ਦੀ ਦਾਤ ਜਿਹੜੀ ਸੀ ਉਹ ਪਹਿਲ ਦੇ ਆਧਾਰ 'ਤੇ ਮੰਗੀ ਸੀ। ਫਿਰ ਸੰਤਾਂ ਨੇ ਫਿਰ ਉਸੇ ਟਾਈਮ ਜਿਹੜੇ ਸੀ ਉਹ 5 ਸਿੰਘ ਤਿਆਰ ਕਰਕੇ ਜਦੋਂ ਮਾਤਾ ਜੀ ਨੂੰ ਅੰਮ੍ਰਿਤ ਛਕਾਇਆ, ਇਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਉਸ ਟਾਈਮ ਫਿਰ 25,000 ਦੇ ਕਰੀਬ ਜਿਹੜੇ ਸੀਗੇ ਪ੍ਰਾਣੀਆਂ ਨੇ ਵੀ ਅੰਮ੍ਰਿਤ ਛਕਿਆ ਸੀਗਾ। ਇਹ ਸੰਤ ਬਾਬਾ ਅਤਰ ਸਿੰਘ ਜੀ ਦੀ ਮਾਤਾ ਤੋਂ ਇਹ ਪ੍ਰਭਾਵਿਤ ਹੋ ਕੇ, ਕਿਉਂਕਿ ਗੁਰੂ ਜਿਹੜਾ ਹੈ ਨਾ ਇਹ ਬਹੁਤ ਜ਼ਰੂਰੀ ਆ, ਕਿਉਂਕਿ ਗੁਰੂ ਤੋਂ ਬਿਨਾਂ ਨਾ ਸਿੱਖ ਨੂੰ ਕੋਈ ਢੋਈ ਨਹੀਂ ਹੈ। ਸੋ ਇਸ ਕਰਕੇ ਗੁਰਬਾਣੀ ਜਿਹੜੀ ਹੈ ਨਾ ਇਹ ਦੱਸਦੀ ਹੈ ਕਿ ਜੇ 100 ਚੰਦਾ ਉਗਵੈ ਸੂਰਜ ਚੜ੍ਹੇ 1,000 ਇੱਥੇ ਚਾਨਣ ਹੁੰਦੇ ਆ ਗੁਰਬਿਨ ਘੋਰ ਅੰਧਾਰ। ਦੇਖੋ ਗੁਰੂ ਜਿਹੜੀ ਹੈ ਇਹ ਐਡੀ ਭਾਰੀ ਸ਼ਕਤੀ ਹੈ ਕਿ ਇਸ ਤੋਂ ਬਿਨਾਂ ਹਨੇਰਾ ਹੀ ਹਨੇਰਾ ਹੈ। ਇਸੇ ਕਰਕੇ ਗੁਰਬਾਣੀ 'ਚ ਦੱਸਿਆ ਗਿਆ ਹੈ ਕਿ ਗੁਰਬਿਨ ਘੋਰ ਅੰਧਾਰ, ਗੁਰੂ ਬਿਨਾਂ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨਾਂ ਮੁਕਤ ਨਾ ਪਾਵੇ। ਅਤੇ ਗੁਰੂ ਤੋਂ ਬਿਨਾਂ ਮੁਕਤੀ ਜਿਹੜੀ ਹੈਗੀ ਆ ਇਹ ਵੀ ਨਹੀਂ ਮਿਲਦੀ। ਸੋ ਇੰਨੇ ਵਚਨ ਕਰਦਾ ਹੋਇਆ ਦਾਸ ਖੇਮਾ ਦਾ ਜਾਚਕ ਹੈ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ,
वाहे गुरु जी की फतेह।